ਮੀਆਂ ਸਾਹਿਬ ਸਰਕਾਰ ਅਲਫਾਨੇ ਖੜੀ ਸਰਕਾਰ ਫਰਮਾਣੇ ਕਿ ਸਿਫਤ ਉਹਦੀ ਦੀ ਗੱਲ ਮੁਹੰਮਦ ਕਿਹੜੇ ਮੂੰਹ ਨਾਲ ਲਾਵਾਂ ਮੂੰਹ ਨਿਕਾ ਗੱਲ ਬਹੁਤ ਵਡੇਰੀ ਕੇ ਘਰ ਆਖ ਸੁਣਾਵਾਂ ਅਗਰ ਇੱਕ ਰਾਤ ਨਹੀਂ ਤਾ ਜ਼ਿੰਦਗੀ ਵਕਫ ਕਰੀ ਛੜੀ ਹੈ ਤੇ ਫਿਰ ਵੀ ਉਸ ਮਾਲਕੇ ਕੁੱਲ ਨਹੀਂ ਤਾਰੀਫ ਨਹੀਂ ਮੁੱਕ ਸਕਣੀ ਇੱਕ ਸ਼ੇਰ ਸਾਈ ਸਰਦਾਰ ਸਾਹਿਬ ਦਾ ਸਾਡੇ ਬੜੇ ਭਾਈ ਜੋਦਰੀ ਜਾਵੇਦ ਇਕਬਾਲ ਜਾਵੇਦ ਸਾਹਿਬ ਇਬਜ਼ਾਤੇ ਖੁਦ ਹੀ ਕਿਤਨੇ ਅੱਛੇ ਸੁਨੀਅਰ ਬੰਦੇ ਕਿ ਇਹਨਾਂ ਦੇ ਸਾਹਮਣੇ ਸ਼ੇਰ ਪੇਸ਼ ਕਰਨਾ ਔਖੀ ਗੱਲ ਹੈ ਤੇ ਇਹ ਸਾਡੀ ਬਹੁਤ ਸਾਰੀਆਂ ਕੰਮਾਂ ਚ ਖੁਦ ਰਾਬਰੀ ਕਰਦੇ ਕਿਉਂਕਿ ਜਿਹੜੀ ਬੰਦੇ ਵਿੱਚ ਕਮੀ ਹੈ ਉਹ ਕਮੀ ਮੰਨੋ ਤੇ ਜਿਹੜਾ ਕਿਸੇ ਕੀ ਰੱਬ ਅਤਾ ਕਰੀ ਛੋੜਿਆ ਉਸਦੀ ਅਤਾ ਨਾਲ ਵੀ ਜ਼ੋਰ ਨਹੀਂ ਕਰਨਾ ਚਾਹੀਦਾ ਅੱਜ ਕੱਲ ਹਰ ਬੰਦਾ ਇਹ ਗੱਲ ਆਖਣਾ ਮੈਂ ਹੀ ਹੈ ਚੰਗਾ ਚੰਗਾ ਅਸਲ ਜੋ ਹੋਣਾ ਜਿਸ ਕੀ ਲੋਕ ਚੰਗੇ ਆਖਣ ਬਿਲਖਸੂਸ ਗੈਰ ਬੰਦੇ ਜਿਹੜੇ ਤੋ ਸਾਈ ਸਰਦਾਰ ਸਾਹਿਬ ਨਾਲ ਸ਼ੇਰ ਆਇਆ ਸਰਕਾਰਾਂ ਨੇ ਚੰਗਾ ਨਹੀਂ ਮੂਆ ਬਣਨਾ ਆਪ ਚੰਗਾ ਚੰਗਾ ਨਹੀਂ ਮੂਆ ਬਣਨਾ ਆਪ ਚੰਗਾ ਚੰਗਾ
اتنی دیتی رب عزت یا شکر یستے جو کچھ آئے او کچھ آئے او کچھ آئے او کچھ آئے او سجنا او ساغر زندگی ساغر زندگی موت ہاتھ جس دے لا شریک ہوئے خدا او نوئی دشمنی کسے دیئے نال اپنی او نال اپنی او نال اپنی او نال اپنی او نوئی دل وچ کسے لئی اناد رکھنا رحمت اللہ علیہ سرکار نے کیا سرکار فرمانے ہاں